ਸਾਖੀ ਜਮ ਮਰਗ ਜਮ ਮਗ ਦੁੱਖ ਭਾਵੇ ਚੋਟਾ ਖਾਵੇ ਅੰਤ ਗਾਇਆ ਪਛਤਾਇਆ ਬਿਨ ਨਾਵੇ ਕੋ ਬੇਲੀ ਨਾਹੀ ਪੁੱਤ ਕੁਟੁੰਬ ਸੁਤ ਪਾਈ ਪੰਨਾ 775 ਗਰੁੜ ਪੁਰਾਣ ਵਿੱਚ ਲਿਖਿਆ ਹੈ ਕਿ ਪਾਪੀ ਜੀਵਾਂ ਨੂੰ ਜਦ ਜਮ ਸੰਸਾਰ ਤੋਂ ਲੈ ਕੇ ਤੁਰਦੇ ਹਨ ਤਾਂ ਰਸਤੇ ਵਿੱਚ ਕਈ ਤਰ੍ਹਾਂ ਦੇ ਉਹਨਾਂ ਨੂੰ ਦੁੱਖ ਦਿੱਤੇ ਜਾਂਦੇ ਹਨ ਜੈਸਾ ਕਿ ਰਸਤੇ ਵਿੱਚ ਪਹਿਲਾਂ ਲਹੂ ਭਾਗ ਦੀ ਬੈਤਰਨੀ ਨਦੀ ਆਉਂਦੀ ਹੈ ਜਿਸ ਨੂੰ ਪਾਪੀ ਜੀਵ ਤਰ ਨਹੀਂ ਸਕਦਾ ਉਸ ਵਿੱਚ ਕਿ ਗੋਤੇ ਖਾਂਦਾ ਹੋਇਆ ਜੰਮਾਂ ਦੇ ਡੰਡਿਆਂ ਦੀ ਮਾਰ ਨਾਲ ਬਹੁਤ ਦੁਖੀ ਹੁੰਦਾ ਹੈ ਉਸ ਤੋਂ ਅੱਗੇ ਅਸਪੱਤਰ ਬਣਾ ਹੈ ਜਿਸ ਦੇ ਬ੍ਰਿਸ਼ਾਂ ਦੇ ਪੱਤੇ ਤਲਵਾਰ ਵਰਗੇ ਤਿੱਖੇ ਹੁੰਦੇ ਹਨ ਜੀਵ ਉਸ ਵਿੱਚੋਂ ਲੰਘਦਾ ਹੈ ਤਾਂ ਉਹਨਾਂ ਪੱਤਰਾਂ ਨਾਲ ਸਰੀਰ ਲਹੂ ਲੁਹਾਣ ਹੋ ਜਾਂਦਾ ਹੈ ਇਸ ਤੋਂ ਅੱਗੇ ਅਗਨੀ ਵੰਨ ਲੰਘਣਾ ਪੈਂਦਾ ਹੈ ਐਸੇ ਕਠਿਨ ਰਸਤਿਆਂ ਵਿੱਚ ਜੀਵ ਅਤੇ ਦੁਖੀ ਹੋ ਕੇ ਜਦੋਂ ਭੁੱਖ ਪਿਆਸ ਨਾਲ ਬਹੁਤ ਵਿਆਕੁਲ ਹੋ ਕੇ ਸਮਾਂ ਜਮਾਂ ਪਾਸੋਂ ਰੋਟੀ ਪਾਣੀ ਮੰਗਦਾ ਹੈ ਤਾਂ ਜਮ ਉਸ ਤੋਂ ਉਸਦੇ ਕੀਤੇ ਥੋੜ੍ਹੇ ਬਹੁਤ ਪੁੰਨਾਂ ਦਾ ਫਲ ਲੈ ਕੇ ਪਾਣੀ ਦਾ ਪਿਆਲਾ ਜਾਂ ਰੋਟੀ ਦੀ ਗ੍ਰਾਹੀ ਦਿੰਦੇ ਹਨ ਇਹ ਰਸਤਾ ਲੱਖਾਂ ਕੋਹਾਂ ਦਾ ਲੰਮਾ ਕਥਨ ਕੀਤਾ ਹੈ ਇਸ ਲੰਮੇ ਰਸਤੇ ਵਿੱਚ ਧਰਮਰਾਜ ਤੱਕ ਜਾਂਦਿਆਂ ਜਾਂਦਿਆਂ ਇਸ ਦੇ ਸਾਰੇ ਪੁੰਨ ਘੁੱਟ ਪਾਣੀ ਜਾਂ ਗ੍ਰਾਹੀ ਦੇ ਬਦਲੇ ਖੋਹ ਲਏ ਜਾਂਦੇ ਇਕਸ ਹਰਕੇ ਨਾਮ ਬਿਨ ਅੱਗੇ ਲਿਆ ਖੋਹੇ ਐਸੇ ਕਠਿਨ ਅਤੇ ਭਿਆਨਕ ਸਮੇਂ ਕੇਵਲ ਪਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ ਜੈਸਾ ਕਿ ਸਤਿਗੁਰ ਜੀ ਨੇ ਸੁਖਮਣੀ ਸਾਹਿਬ ਦੀ ਦੂਜੀ ਅਸ਼ਟਪਦੀ ਵਿੱਚ ਵਰਣਨ ਕੀਤਾ ਹੈ ਜਿਹ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।